ਸਰਕਾਰੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ ਦੀ ਲੜਕੀ ਖਿਡਾਰੀ ਤ੍ਰਿਪਤੀ ਨੇ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦੇ ਕਿੱਕ ਬਾਕਸਿੰਗ 'ਚੋਂ ਗੋਲਡ ਮੈਡਲ ਜਿੱਤਣ ਲਈ ਟਾਂਡਾ ਦੇ ਦਸਮੇਸ਼ ਨਗਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਉੱਥੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਜਿੱਥੇ ਕਿ ਲੜਕੀ ਤ੍ਰਿਪਤੀ ਨੇ ਅੰਡਰ 14 ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ, ਉਸਨੇ ਛੋਟੀ ਉਮਰ ਵਿੱਚ ਹੀ ਖੇਡਣ ਦਾ ਚਾਅ ਅਤੇ ਨੈਸ਼ਨਲ ਤੱਕ ਜਾਣ ਦਾ ਸੁਪਨਾ ਸਜਾ ਲਿਆ ਸੀ। ਤ੍ਰਿਪਤੀ ਦੇ ਮਾਤਾ ਪੰਕਜ ਰਾਣੀ ਅਤੇ ਪਿਤਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਬਹੁਤ ਵਧੀਆ ਲੱਗ ਰਿਹਾ ਆ। ਮੈਂ 2018 ਤੋਂ ਗੋਲਡੀ ਸਰ ਤੋਂ ਕੋਚਿੰਗ ਲੈ ਰਹੀ ਸੀਗੀ ਅਤੇ ਮੈਨੂੰ ਬਹੁਤ ਮਿਹਨਤ ਕਰਨੀ ਪਈ ਗੋਲਡ ਮੈਡਲ ਲੈਣ ਲਈ। ਕਿਹੜੀ ਕਲਾਸ ਪੜ੍ਹਦੇ ਤੁਸੀਂ? ਮੈਂ 8th ਵਿੱਚ। ਤੁਸੀਂ ਕਿੱਦਾਂ ਚੂਜ਼ ਕੀਤਾ ਕਿ ਮੈਂ ਪੜ੍ਹਾਈ ਦੇ ਨਾਲ ਨਾਲ ਜਿਹੜਾ ਖੇਡਾਂ ਵੀ ਆਪਣੀਆਂ ਅੱਗੇ ਤੋਰਾਂ, ਜਾਂ ਤੁਹਾਨੂੰ ਦੱਸਿਆ ਜਾਂ ਤੁਸੀਂ ਆਪ ਹੀ? ਮੰਮਾ ਪਾਪਾ ਕਹਿੰਦੇ ਹੁੰਦੇ ਸੀ ਕਿ ਸੈਲਫ ਡਿਫੈਂਸ ਕਰਨਾ ਬਹੁਤ ਜ਼ਰੂਰੀ ਆ, ਇਸ ਲਈ ਉਹਨਾਂ ਨੇ ਮੈਨੂੰ ਇਸ ਗੇਮ ਵਿੱਚ ਪਾਇਆ ਆਪਣੇ ਸੈਲਫ ਡਿਫੈਂਸ ਕਰਨ ਲਈ। ਕਿੰਨੇ ਸਮੇਂ ਤੋਂ ਤੁਸੀਂ ਇਹ ਖੇਡਾਂ ਖੇਡ ਰਹੇ ਹੋ? 2018 ਤੋਂ 4 ਸਾਲ। ਖੇਡ ਕੇ ਆਏ ਹੋ, ਕਿਹੜੇ ਕਿਹੜੇ ਮੈਡਲ ਲਏ ਤੁਸੀਂ? ਮੈਂ ਨਡਾਲੇ ਖੇਲਿਆ ਸੀ, ਉੱਥੇ ਵੀ ਮੈਨੂੰ ਗੋਲਡ ਮਿਲਿਆ ਸੀ। ਉਹ ਤੋਂ ਬਾਅਦ 'ਚੋਂ ਜਲੰਧਰ PAP ਮੇਰੀ ਵੂਸ਼ੂ 'ਚ ਫਾਈਟ ਹੋਈ ਸੀ, ਉੱਥੋਂ ਵੀ ਗੋਲਡ ਆਇਆ ਸੀ। ਫਿਰ ਮੈਂ ਨੈਸ਼ਨਲ ਗਈ ਸੀ, ਨੈਸ਼ਨਲ ਤੋਂ ਮੇਰਾ ਕੁਛ ਨਹੀਂ ਬਣਿਆ ਸੀ। ਉਹ ਤੋਂ ਬਾਅਦ 'ਚੋਂ ਫਿਰ ਹੁਸ਼ਿਆਰਪੁਰ ਪੰਜਾਬ ਖੇਡ ਮੇਲੇ ਦੀਆਂ ਡਿਸਟ੍ਰਿਕਟ ਫਾਈਟ ਹੋਈਆਂ ਸੀ, ਉਹ ਤੋਂ ਬਾਅਦ 'ਚੋਂ ਮੈਂ ਸੰਗਰੂਰ ਗਈ ਸੀ। ਸੰਗਰੂਰ ਕਿਸ ਤਰ੍ਹਾਂ ਦਾ ਮਾਹੌਲ ਸੀਗਾ, ਕਿਉਂਕਿ ਨਵੀਂ ਸਰਕਾਰ ਆਈ ਆ, ਨਵੀਂ ਸਰਕਾਰ ਦੇ ਵਿੱਚ ਇੱਕ ਖੇਡਾਂ ਨੂੰ ਉਤਸ਼ਾਹਿਤ ਕਰਨਾ ਕਿਵੇਂ ਦੇਖਦੇ ਤੁਸੀਂ? ਸੰਗਰੂਰ ਵਿੱਚ ਬਹੁਤ ਵਧੀਆ ਮਾਹੌਲ ਸੀ, ਬਹੁਤ ਜ਼ਿਆਦਾ ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ ਉੱਥੇ, ਅਤੇ ਉੱਥੇ ਖਾਣ ਪੀਣ ਵੀ ਬਹੁਤ ਵਧੀਆ ਸੀਗਾ। ਸਰਕਾਰ ਨੇ ਬਹੁਤ ਵਧੀਆ ਇਹ ਕੀਤਾ, ਸਭ ਨੂੰ ਗੇਮਸ ਵੱਲ ਅਟਰੈਕਟ ਕੀਤਾ ਉਹਨਾਂ ਨੇ। ਕੀ ਕਹਿਣਾ ਚਾਹੁੰਦੇ ਆ ਲੜਕੀਆਂ ਵਾਸਤੇ ਜਾਂ ਹੋਰ ਜਿਹੜੇ ਖੇਡਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੋਵੇ? ਸਾਨੂੰ ਕਿਸੇ ਨਾ ਕਿਸੇ ਸਪੋਰਟਸ ਵਿੱਚ ਜ਼ਰੂਰ ਪਾਰਟੀਸਪੇਟ ਕਰਨਾ ਚਾਹੀਦਾ, ਇਹ ਸਾਡੀ ਹੈਲਥ ਲਈ ਵੀ ਬਹੁਤ ਵਧੀਆ ਆ ਅਤੇ ਸਾਡੀ ਮੈਂਟਲੀ ਵੀ, ਮੈਂਟਲ ਹੈਲਥ ਵੀ ਸਟਰੋਂਗ ਕਰਦੀ ਆ ਗੇਮਸ। ਹੋਰ ਕੀ ਕਹਿਣਾ ਚਾਹੁੰਦੇ ਇਸ ਪ੍ਰਤੀ ਤੁਸੀਂ? ਸਾਨੂੰ ਵੱਧਦੇ ਰਹਿਣਾ ਚਾਹੀਦਾ ਅੱਗੇ, ਅਤੇ ਲੜਕੀਆਂ ਨੂੰ ਵੀ ਪਾਰਟੀਸਪੇਟ ਕਰਨਾ ਚਾਹੀਦਾ ਆ। ਜੇ ਆਪਾਂ ਕੁਛ ਕਰੂੰਗੇ ਸਾਨੂੰ ਵੀ ਪ੍ਰਾਊਡ ਹੋਏਗਾ, ਸਾਡੇ ਪੇਰੈਂਟਸ ਨੂੰ ਵੀ ਸਾਡੇ 'ਤੇ ਪ੍ਰਾਊਡ ਹੋਏਗਾ। ਸਾਨੂੰ ਰੁਕਣਾ ਨਹੀਂ ਚਾਹੀਦਾ, ਅੱਗੇ ਵੱਧਦੇ ਰਹਿਣਾ ਚਾਹੀਦਾ। ਸਰ ਕਿਵੇਂ ਦੇਖਦੇ ਹੋ ਬੇਟੀ ਨੇ ਜਿਹੜਾ ਗੋਲਡ ਮੈਡਲ ਹਾਸਲ ਕੀਤਾ, ਕਿਸ ਤਰ੍ਹਾਂ ਦੀ ਮਿਹਨਤ ਕਰਾਈ ਸੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵਰਿੰਦਰ ਕੁਮਾਰ, ਮੈਂ ਤ੍ਰਿਪਤੀ ਦਾ ਪਾਪਾ ਜੀ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਜੀ, ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੀ ਬੇਟੀ ਨੇ ਸਟੇਟ ਲੈਵਲ 'ਤੇ ਗੋਲਡ ਮੈਡਲ, ਜਿਹੜਾ ਖੇਡਾਂ ਵਤਨ ਪੰਜਾਬ ਦੀਆਂ 2022 ਸੰਗਰੂਰ ਵਿਖੇ ਹੋਇਆ, ਉਹਨਾਂ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ, ਅਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਐਜ਼ ਏ ਪੇਰੈਂਟਸ। ਅਤੇ ਇਸਨੇ ਸਾਡੇ ਨਾਲ ਹੀ ਆਪਣੇ ਕੋਚ ਸਾਹਿਬ ਗੋਲਡੀ ਸਾਹਿਬ ਦਾ ਅਤੇ ਸਾਡੇ ਪੂਰੇ ਇਲਾਕੇ ਦਾ, ਉੜਮੁੜ ਦਾ, ਜ਼ਿਲ੍ਹੇ ਦਾ ਨਾਮ ਜਿਹੜਾ ਰੌਸ਼ਨ ਕੀਤਾ ਹੈ, ਅਤੇ ਮੈਨੂੰ ਬੜਾ ਮਾਣ ਹੈ ਆਪਣੀ ਬੇਟੀ 'ਤੇ। ਇਸ ਵਾਰ ਸਰਕਾਰ ਦੀਆਂ ਜਿੱਥੇ ਖੇਡਾਂ ਦਿੱਤੀਆਂ ਅਤੇ ਕਿਸ ਤਰ੍ਹਾਂ ਉਹਨਾਂ ਦੀਆਂ ਖੇਡਾਂ ਨਜ਼ਰ ਆ ਰਹੀਆਂ? ਇਹ ਨਵੀਂ ਸਰਕਾਰ ਆਈ ਹੈ ਜੀ, ਸਰਕਾਰ ਦਾ ਇਹ ਜੋ ਖੇਡਾਂ ਦਾ ਉਪਰਾਲਾ ਹੈ ਪੂਰੇ ਮਤਲਬ ਪੰਜਾਬ ਦੇ ਵਿੱਚ ਜੋ ਉਹਨਾਂ ਨੇ ਕੀਤਾ ਹੈ, ਬਹੁਤ ਹੀ ਵਧੀਆ ਕੀਤਾ ਹੈ। ਇਸ ਦੇ ਨਾਲ ਕਹਿ ਲਓ ਕਿ ਜੋ ਬੱਚਿਆਂ ਦੇ ਵਿੱਚ ਲੁਕੀ ਹੋਈ ਪ੍ਰਤਿਭਾ ਸੀ ਉਹਨੂੰ ਆਪਣਾ ਦਿਖਾਉਣ ਦਾ ਮੌਕਾ ਮਿਲੇਗਾ, ਬੱਚਿਆਂ ਨੂੰ ਵੱਖ ਵੱਖ ਮਿਲਿਆ ਹੈ ਮਤਲਬ ਕਿ। ਅਤੇ ਇਸ ਦੇ ਨਾਲ ਹੀ ਜੋ ਸਰਕਾਰ ਨੇ ਜਿੱਤਣ ਵਾਲੇ ਬੱਚਿਆਂ ਵਾਸਤੇ ਜੋ ਰਾਸ਼ੀ ਰੱਖੀ ਹੈ, ਇਨਾਮ ਰੱਖਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਹੋਰ ਬੱਚਿਆਂ ਨੂੰ ਮਤਲਬ ਹੁੰਗਾਰਾ ਮਿਲੇਗਾ। ਅਤੇ ਖੇਡਾਂ ਦੇ ਵਿੱਚ ਜੋ ਅਸੀਂ ਦੇਖਿਆ ਉੱਥੇ ਸੰਗਰੂਰ ਦੇ ਵਿੱਚ ਅਰੇਂਜਮੈਂਟ ਵਗੈਰਾ ਬਹੁਤ ਵਧੀਆ ਕੀਤੇ ਸੀ ਸਰਕਾਰ ਨੇ, ਰਹਿਣ ਦਾ, ਖਾਣ ਪੀਣ ਦਾ, ਸਾਰਾ ਜੋ ਖੇਡਣ ਦਾ ਸੀ, ਸਟੇਡੀਅਮ ਵਗੈਰਾ ਬਹੁਤ ਹੀ ਵਧੀਆ ਉਪਰਾਲਾ ਸੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪੁਸ਼ਪਿੰਦਰ ਗੋਲਡੀ ਅਤੇ ਤ੍ਰਿਪਤੀ ਦੀ ਕੋਚਿੰਗ ਸ਼ੁਰੂ ਤੋਂ 2018 ਤੋਂ ਸ਼ੁਰੂ ਕੀਤਾ ਸੀ ਇਸਨੇ, ਅਤੇ ਤਕਰੀਬਨ ਜਿੰਨੇ 20 ਕੰਪੀਟੀਸ਼ਨ ਖੇਡੇ ਇਹਦਾ ਗੋਲਡ ਮੈਡਲ ਹੀ ਆਇਆ, ਅਤੇ ਇੱਕ ਨੈਸ਼ਨਲ 'ਚੋਂ ਹਾਰ ਹੋਈ ਸੀ। ਪਰ ਆਪਾਂ ਇਹ ਨਹੀਂ ਮੰਨਦੇ ਕਿ ਹਾਰ ਤੋਂ ਬਾਅਦ ਜਿੱਤ ਨਹੀਂ ਹੁੰਦੀ, ਅਤੇ ਜਿਹੜਾ ਹਾਰ ਤੋਂ ਬਾਅਦ ਵਿੱਚ ਹਾਰ ਗਿਆ ਆਪਣੇ ਆਪ 'ਤੇ ਉਹ ਦੁਬਾਰਾ ਜਿੱਤ ਹੀ ਨਹੀਂ ਸਕਦਾ, ਕਿ ਜਿਹਨੇ ਕੋਸ਼ਿਸ਼ ਹੀ ਨਹੀਂ ਕੀਤੀ। ਕੀ ਕਹਿਣਾ ਚਾਹੁੰਦੇ ਆ ਲੜਕੀਆਂ ਵਾਸਤੇ ਜਾਂ ਹੋਰ ਇਹਨਾਂ ਖੇਡਾਂ ਵਾਸਤੇ? ਲੜਕੀਆਂ ਨੂੰ ਸੈਲਫ ਡਿਫੈਂਸ ਤਾਂ ਲੜਕੀਆਂ ਲਈ ਬਹੁਤ ਹੀ ਜ਼ਰੂਰੀ ਆ, ਮਾਨਸਿਕ ਵਿਕਾਸ ਲਈ, ਸਰੀਰਕ ਵਿਕਾਸ ਲਈ। ਆਪਾਂ ਕੁੜੀਆਂ ਨੂੰ ਇਹ ਸੋਚ ਕੇ ਪੈਦਾ ਕਰਦੇ ਕਿ ਆਪਾਂ ਮੁੰਡੇ ਤੋਂ ਕੰਮ ਲੈਣਾ, ਕੁੜੀ ਤੋਂ ਕੰਮ ਨਹੀਂ ਲੈਣਾ, ਕੁੜੀ ਤੋਂ ਬਰਾਬਰ ਕੰਮ ਲਓ,
ਕੁੜੀ ਦੀ ਬੋਡੀ ਦੇ ਵਿੱਚ ਇੱਦਾਂ ਦਾ ਕੋਈ ਪਾਰਟ ਨਹੀਂ ਹੈ ਕਿ ਮੁੰਡਿਆਂ ਤੋਂ ਅਲੱਗ ਆ ਜ਼ਿਆਦਾ, ਬਰਾਬਰ ਪਾਵਰ ਆ ਸਕਦੀ ਬੋਡੀ ਬਿਲਡਿੰਗ ਤੱਕ ਕੁੜੀਆਂ ਕਰਦੀਆਂ।